ਕਿ ਮੇਰੀ ਤਰਫੋਂ ਤਮਾਮ ਮੁਸਲਮਾਨਾਂ ਨੂੰ ਬਹੁਤ 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 ਬਕਰਾ ਈਦ ਮੁਬਾਰਕ। ਅਸਲਾਮ ਵਾਲੇਕਮ, ਈਦ ਮੁਬਾਰਕ ਜੀ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤਹੂ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ। ਤੇ ਯਾਰ, ਸਭ ਤੋਂ ਪਹਿਲੇ ਮੇਰੀ ਤਰਫੋਂ ਤਮਾਮ ਮੁਸਲਮਾਨਾਂ ਨੂੰ ਬਕਰਾ ਈਦ ਬਹੁਤ 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 ਐਡਵਾਂਸ ਦੇ ਵਿੱਚ ਮੁਬਾਰਕ ਹੋਏ, ਅਤੇ ਸਾਡੇ ਪਰਦੇਸੀ ਭਾਈਆਂ ਨੂੰ ਬਕਰਾ ਈਦ ਬਹੁਤ ਬਹੁਤ ਮੁਬਾਰਕ ਹੋਏ। ਹੈਰ ਜਿਹਾ ਟਾਈਮ ਹੋ ਗਿਆ ਜੇ, ਇਸ ਟਾਈਮ ਸ਼ਾਮ ਦੇ 6:30 ਵਜੇ ਦਾ, ਠੀਕ ਹੈ। ਅਤੇ ਤੁਹਾਨੂੰ ਪਤਾ ਈਦ ਆ ਗਈ ਹੈ, ਅਤੇ ਈਦ 'ਤੇ ਥੋੜ੍ਹੀ ਬਹੁਤੀ ਤਾਂ ਸ਼ਾਪਿੰਗ ਕਰਨੀ ਹੁੰਦੀ ਹੈ, ਭਾਵੇਂ ਬਕਰਾ ਈਦ ਹੋਏ ਅਤੇ ਭਾਵੇਂ ਛੋਟੀ ਈਦ ਹੋਏ। ਅਤੇ ਹੁਣ ਚਲਾ ਮੈਂ ਸ਼ਹਿਰ ਜਾ ਕੇ ਨਾ, ਅਤੇ ਆਪਣੀ ਸੈਂਡਲ ਵਗੈਰਾ ਲੈਣੀ, ਅਤੇ ਨਾਲ ਜਿਹੜਾ ਨਾ ਜੇ ਵੇਖਾਂਗੇ ਜੇ ਕੋਈ ਸ਼ਰਟ ਵਗੈਰਾ ਪਸੰਦ ਆ ਗਈ ਤਾਂ ਉਹ ਵੀ ਲੈ ਲਾਂਗੇ, ਨਹੀਂ ਤਾਂ ਸੈਂਡਲ ਲੈ ਕੇ ਨਾ, ਅਤੇ ਫਿਰ ਵਾਪਸ ਆਈ ਆਵਾਂਗੇ। ਅਤੇ ਖੈਰ, ਹੁਣ ਚੱਲਦੇ ਹਾਂ ਸ਼ਹਿਰ, ਅਤੇ ਜਾ ਕੇ ਨਾਲੇ ਥੋੜ੍ਹਾ ਬਹੁਤਾ ਸ਼ੁਗਲ ਮੇਲਾ ਲਾਉਂਦੇ ਹਾਂ, ਅਤੇ ਨਾਲੇ ਆਪਣੀ ਜਿਹੜਾ ਨਾ ਥੋੜ੍ਹੀ ਬਹੁਤੀ ਈਦ ਦੀ ਸ਼ਾਪਿੰਗ ਕਰਨੇ ਹਾਂ। ਯਾਰ, ਹੁਣ ਮੈਂ ਆ ਗਿਆ ਵਾਂ ਇਨਡੋਰ 'ਤੇ, ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਨਾ ਬੀ ਆਈ ਪੀ ਦੁਕਾਨ 'ਤੇ ਜਾ ਕੇ ਚੈੱਕ ਕਰ ਲਿਆ, ਜੇ ਕੋਈ ਪਸੰਦ ਆ ਗਈ ਤਾਂ ਠੀਕ ਹੈ, ਨਹੀਂ ਤਾਂ ਮੈਂ ਪਠਾਨਕੋਟਾ ਬਾਹਰ। ਕੀਮਤ 3000 ਰੁਪਏ, ਅਤੇ ਇਹਨਾਂ ਦੇ ਵਿੱਚੋਂ ਜਿਹੜਾ ਨਾ ਕੋਈ ਵੀ ਪਸੰਦ ਨਹੀਂ ਜੀ ਆਈ ਮੈਨੂੰ। ਅਤੇ ਯਾਰ, ਇੱਥੋਂ ਪਠਾਨ ਸ਼ਾਪ ਜਿਹੜਾ ਨਾ ਸਟਾਰਟ ਹੋ ਗਈ ਹੈ, ਠੀਕ ਹੈ। ਰੇਟ ਵੀ ਮੁਨਾਸਬ, ਚੀਜ਼ ਵੀ ਪਾਏਦਾਰ। ਉਹ ਸ਼ਰਟ ਤੋਂ ਦਿਖਾਓ, ਇੱਕ ਇਹ ਹੋ ਰਿਹਾ ਉੱਪਰ ਵਾਲਾ, ਸਾਈਜ਼ ਕੌਣ ਸਾ? ਹਾਂ, ਇਹ ਵਾਲਾ, ਇਹ ਵਾਲਾ। ਇੱਕ ਇਹ ਵਾਲੀ ਸ਼ਰਟ, ਇੱਕ ਇਹ ਵਾਲੀ ਸ਼ਰਟ ਯਾਰਾਂ ਦਾ ਪਸੰਦ ਆਈ ਹੈ, ਠੀਕ ਹੈ। ਜਿਹੜੀ ਨੀਲੀ ਪੈਂਟ ਨਾ ਸਹੀ ਲੈਂਦੇ ਵੀ ਨਾ ਉਹ ਲੈ। ਹਾਂ ਸਾਹਿਬ, ਇਹ ਵਾਲਾ ਸ਼ਰਟ ਪੈਕ ਕਰੋ। ਮਾਰਾ ਮੁਸਕਰਾ ਚੈੱਕ ਕਰੋ, ਸ਼ਰਮਾ ਗਿਆ ਮਾਰਾ। ਇਹ ਆਪਣੇ ਬਾਤ ਕਿਆ ਕੀਆ, ਮੁਝੇ ਵੀ ਦੱਸੋ। ਯੂਟਿਊਬ ਕੀ? ਹਾਂ, ਇਹ ਹਾਂ ਸਾਹਿਬ ਸ਼ਰਮਾਤਾ ਹੈ, ਜਿਸ ਕੀ ਮੈਂ ਵੀਡੀਓ ਬਣਾਈ ਹੈ, ਇਹ ਸ਼ਰਮਾਇਆ। ਨਹੀਂ ਯਾਰ, ਸ਼ਰਮਾਨੇ ਵਾਲੀ ਬਾਤ ਨਹੀਂ ਹੈ। ਹਾਂ ਬਿਲਕੁਲ, ਪੰਜਾਬੀ ਵੀ ਸ਼ਰਮੀਲੇ ਹੋਤੇ ਹੈ, ਮਾਰ ਕਰਾਂਗੇ। ਹਾਂ ਸਾਹਿਬ, ਇਸਕੀ ਪ੍ਰਾਈਸ ਕਿਤਨੀ ਹੈ? ਯਾਰ ਯਾਰ, ਪਿਆਰ ਮੁਹੱਬਤ ਹਮੇ ਦੇਖ ਕੇ ਮੈਂ ਆ ਗਿਆ ਵਾਂ ਫਾਈਨਲੀ ਪਠਾਨ ਸ਼ਾਪ ਪਿਓ, ਇੱਧਰ ਤੇ ਦੇਖਦੇ ਹਾਂ ਆਪਣਾ ਜੂਤਾ। ਯਾਰ, ਉਹ ਸਾਹਮਣੇ ਜਿਹੜਾ ਨਾ ਮੋਟਰਸਾਈਕਲਾਂ ਚੁੱਕੀਆਂ ਜਾਂਦੀਆਂ ਜੇ ਪਈਆ, ਜਿਹਨਾਂ ਦੀਆਂ ਵਿਦਆਊਟ ਪਾਰਕਿੰਗ 'ਤੇ ਲੱਗੀਆਂ। ਹਾਂ ਸਾਹਿਬ, ਉਹ ਮੇਰੇ ਵਾਲਾ ਜੀਤੀ ਦਿਖਾਓ, ਜੋ ਮੈਨੇ ਆ ਕੇ ਪਸੰਦ ਕੀਆ, ਔਰ ਉਸਕਾ ਮੈਂ ਉਸਕਾ ਜੋ ਹੈ ਨਾ 1600 ਕਰੋ, 1600 ਬਾਈ ਬਾਈ, ਮੈਂ ਔਰ ਆਪ ਬਾਈ ਬਾਈ। ਜੂਤਾ ਪੈਕ ਕਰੋ ਜਲਦੀ ਸੇ। ਟ੍ਰੈਫਿਕ ਵਾਲੇ ਆ ਗਏ ਨੇ, ਤੇ ਉਹਨਾਂ ਤੋਂ ਪਹਿਲੇ ਪਹਿਲੇ ਲੈ ਗਏ ਨਿਕਲੀ। ਓਕੇ, ਹਾਂਜੀ, ਮਾਰਿਆ ਬੰਦਿਆਂ ਨੂੰ ਲੁੱਟ ਲਿਆ ਜੋ ਇੱਥੇ। ਹਾਂ, ਕਿਆ ਸਮਾਈਲ ਹੈ, ਕਿਆ ਲੁੱਟੇਗਾ ਤੋਹਫਾ। ਇਹ ਵੀ ਬਾਤ ਸਹੀ ਹੈ, ਅਤੇ ਯਾਰ ਜਿੱਤੀ ਵੀ ਅਸੀਂ ਮਿਲ ਲਈ ਹੈ, ਠੀਕ ਹੈ, ਸ਼ਰਟ ਵੀ ਮਿਲ ਜਾਏਗੀ, ਅਤੇ ਹੋਰ ਜਿਹੜਾ ਨਾ ਜਲਦੀ ਦੇ ਨਾਲ ਮਿਲੀਏ, ਭੇਟ ਪੂਜਾ ਕਰ। ਹਾਂ ਸਾਹਿਬ, ਮੁੱਕ ਗਿਆ ਰੌਲਾ ਹੁਣ, ਮੁੱਕ ਗਿਆ ਰੌਲਾ। ਕੋਈ ਨਹੀਂ ਭਾਈ, 2-4 ਚੁੱਕਣੀਆਂ ਸਾਨੂੰ, 2-4 ਹੀ ਬਸ।
ਯਾਰ ਰਾਤ ਨੂੰ ਜਿਹੜਾ ਨਾ ਸ਼ਾਪਿੰਗ ਵਗੈਰਾ ਕਰਕੇ ਤੇ ਫਿਰ ਮੈਂ ਸ਼ਹਿਰ ਹੀ ਰਹਿ ਪਿਆ ਹਾਂ ਰਮਜ਼ਾਨ ਹੋਰਾਂ ਦੇ ਘਰ। ਠੀਕ ਹੈ ਤੇ ਹੁਣ ਜਿਹੜਾ ਨਾ ਸੁਬਹਾ ਸੁਬਹਾ ਮੈਂ ਉੱਠ ਕੇ ਆਇਆ ਤੇ ਕੁਦਰਤੀ ਜਿਹੜਾ ਨਾ ਮਾਨੀ ਬਾਈ ਦੁਕਾਨ ਤੇ ਬੈਠੇ ਹਨ। ਠੀਕ ਹੈ ਜਾ ਕੇ ਉਹਨਾਂ ਕੋਲੋਂ ਫਟੋਫਟ ਕਟਿੰਗ ਕਰਾਈਏ ਕਿਉਂਕਿ ਅੱਜ ਹਿਸਾਬ ਨੂੰ ਚਾਂਦ ਰਾਤ ਹੀ ਹੈ। ਠੀਕ ਹੈ ਤੇ ਜਿਹਨਾਂ ਜਿਹਨਾਂ ਦੀ ਕੁਰਬਾਨੀ ਨਹੀਂ ਨਾ ਅੱਜ ਜਿਹੜਾ ਨਰਾਸ਼ ਉੱਥੇ ਹੁਣ ਹੀ ਅੰਤਾਂ ਦਾ ਪੈ ਗਿਆ ਸੀ ਤੇ ਸ਼ਾਮ ਨੂੰ ਤਾਂ ਮੈਂ ਕਹਿੰਦਾ ਉੱਥੇ ਵਾਲੀ ਨਹੀਂ ਆਉਣੀ। ਟਾਈਮ ਦੇ ਨਾਲ ਜਿਹੜਾ ਨਾ ਕਟਿੰਗ ਸ਼ਟਿੰਗ ਕਰਵਾ ਕੇ ਨੋਨੇ ਮੋਨੇ ਬੱਚੇ ਬਣ ਕੇ ਤੇ ਹੁਣ ਮੈਂ ਘਰ ਆਇਆ ਤੇ ਹੁਣ ਜਿਹੜਾ ਨਾ ਮੈਂ ਫਾਈਨਲੀ ਨੀਂਦਰ ਪੂਰੀ ਕਰਨ ਲੱਗਾ। ਯਾਰ ਇਹ ਮੇਰੀ ਈਦ ਦੀ ਸ਼ਾਪਿੰਗ ਠੀਕ ਹੈ ਜਿਹੜੀ ਮੈਂ ਰਾਤੀ ਜਿਹੜਾ ਨਾ ਜਿੱਤੀ ਤੇ ਨਾਲ ਸ਼ਰਟ ਲਾਈ ਸੀ ਤੇ ਨਾਲ ਦੋ ਬਨੈਣਾ ਵੀ ਲਈਆਂ ਹਨ। ਠੀਕ ਹੈ ਇਹ ਮੇਰੀ ਈਦ ਦੀ ਡਰੈਸਿੰਗ ਹੈ ਤੇ ਇਹਦੇ ਨਾਲ ਜਿਹੜਾ ਨਾ ਬਲੂ ਕਲਰ ਦੀ ਜਾਂ ਬਲੈਕ ਕਲਰ ਦੀ ਦੋ ਪੈਂਟਾਂ ਪਈਆਂ ਨੇ ਨਵੀਆਂ ਨੇ ਉਹ ਪਾ ਕੇ ਚੈੱਕ ਕਰਾਂਗੇ ਜਿਹੜੀ ਨਾਲ ਸੂਟ ਕੀਤੀ ਉਹ ਪਾ ਲਵਾਂਗੇ। ਬਾਕੀ ਕੱਲ੍ਹ ਤੇ ਈਦ ਦੀ ਨਮਾਜ਼ ਜਿਹੜਾ ਉਹ ਤਾਂ ਸਲਵਾਰ ਕਮੀਜ਼ ਪਾ ਕੇ ਪੜ੍ਹਨੀ। ਠੀਕ ਹੈ ਸਲਵਾਰਾਂ ਕਮੀਜ਼ ਆ ਮੇਰੇ ਕੋਲ ਜਿਹੜਾ ਨਾ ਕੋਈ 10-12 ਫਿਰ 10-12 ਬੋਤੀਆਂ ਹੋ ਗਈਆਂ 5-6 ਪਈਆਂ ਨੇ। ਠੀਕ ਹੈ ਜਿਹੜੀ ਮਰਜ਼ੀ ਪਾ ਲਵਾਂਗੇ ਘੜੀ ਦੀ ਘੜੀ ਪਾ ਕੇ ਜਾ ਕੇ ਨਮਾਜ਼ ਪੜ੍ਹਨੀ। ਨਮਾਜ਼ ਪੜ੍ਹ ਕੇ ਆ ਕੇ ਫਿਰ ਕੱਪੜੇ ਬਦਲ ਹੀ ਲੈਣੇ ਨੇ। ਯਾਰ ਸੁਬਹਾ ਈਦ ਦੀ ਨਮਾਜ਼ ਜਿਹੜਾ ਨਾ 6:30 ਵਜੇ ਅਤੇ 7 ਵਜੇ ਅਦਾ ਕੀਤੀ ਜਾਏਗੀ। ਸਾਡੇ ਪਿੰਡ 7 ਵਜੇ ਬਾਕੀ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਨਾ 6:30 ਵਜੇ ਪੜ੍ਹੀ ਜਾਣੀ ਹੈ ਅਤੇ ਸਾਡੇ ਪਿੰਡ ਜਿਹੜਾ ਨਾ 7 ਵਜੇ ਪੜ੍ਹੀ ਜਾਣੀ। ਸੁਬਹਾ ਦੀ ਨਮਾਜ਼ ਦਾ ਐਲਾਨ ਵੀ ਹੋ ਗਿਆ ਅਤੇ ਹੁਣ ਜਿਹੜਾ ਨਾ ਸਾਰੇ ਜਣੇ ਟਾਈਮ ਨਾਲ ਸੋਈਓ ਕਿਉਂਕਿ ਸੁਬਹਾ ਸਾਰਿਆਂ ਨੇ ਟਾਈਮ ਦੇ ਨਾਲ ਉੱਠਣਾ ਹੈ। ਯਾਰ ਸੁਬਹਾ ਸੇ ਜਿਹੜਾ ਨਾ ਕਸਟਰਡ ਵੀ ਸਾਡਾ ਤਿਆਰ ਹੋ ਗਿਆ ਜੀ ਅਤੇ ਇਹ ਹੁਣ ਮੇਰੇ ਚੱਖਣ ਵਾਸਤੇ ਕਿਉਂਕਿ ਪਾਸ ਮੈਂ ਹੀ ਕਰਨਾ ਜੇ ਪਾਸ ਹੋਇਆ ਤਾਂ ਠੀਕ ਹੈ ਨਾ ਪਾਸ ਹੋਇਆ ਤਾਂ ਫਿਰ ਵੀ ਠੀਕ ਹੈ। ਆਈਏ ਜਿਮੀ ਐਟਮ ਸਾਹਿਬ ਆਪ ਹੀ ਆ ਗਏ ਹੋ। ਹਾਂ ਚਾਕਲੇਟ ਫਲੇਵਰ। ਕਿਆ ਚਾਕਲੇਟ ਫਲੇਵਰ? ਤੂੰ ਚਾਕਲੇਟ ਫਲੇਵਰ ਹੀ। ਅੱਛਾ ਜੇ ਇੱਥੋਂ ਤੂੰ ਪੁੱਤਰ ਮੈਂ ਤੈਨੂੰ ਧਿੱਕਾ ਮਾਰਾਂ ਤੇ ਜੇ ਤੂੰ ਡਿੱਗ ਪਿਆ ਨਾ ਤੇ ਫਿਰ ਤੇਰਾ ਵੀ ਸਟ੍ਰਾਬੇਰੀ ਫਲੇਵਰ ਬਣ ਜਾਣਾ। ਮੇਰਾ ਸਟ੍ਰਾਬੇਰੀ ਮੈਂ ਸੈਂਪਲ ਫਲੇਵਰ ਹੀ ਰਹਿਣਾ। ਤੂੰ ਸੈਂਪਲ ਫਲੇਵਰ ਰਹਿਣਾ? ਨਮਾਜ਼ ਈਦ ਮਨਾਉਣ ਵਾਸਤੇ ਆਏ ਹੋ ਜੀ? ਅੱਛਾ ਅੱਛਾ ਬੱਚਾ। ਮਹਿਮਾਨ ਆਏ ਨੇ, ਮਹਿਮਾਨ ਬੋਤਲ ਪੀਓਗੇ? ਮਹਿਮਾਨ ਨਹੀਂ ਮੈਂ ਸਟਿੰਗ ਪੀਣਾ। ਇੱਥੇ ਨਹੀਂ ਸਟਿੰਗ ਲੱਭਦੀ, ਚੱਲ ਫਿਰ ਲੱਭ ਦੀ। ਓਏ ਈਦ ਦਾ ਚੰਨ ਪੂਰਾ ਹੋ ਗਿਆ ਨਾ? ਆਹੋ ਪੂਰਾ ਹੋ ਗਿਆ ਸੁਬਾ ਈਦ ਦੇ। ਮਾਸ਼ਾਅੱਲਾ ਅਲਹਮਦੁਲਿਲਾ। ਕਿਆ ਤੇ ਤੁਸੀਂ ਫਿਰ ਉਹਦੇ ਵਿੱਚ ਪਹਿਲੇ ਪਹਿਲੀ ਤੇਰੀ ਛੋਟੀ ਈਦ ਦੀ ਉੱਤੇ ਰੱਖਿਆ ਹੋਈ ਮੁਬਾਰਕ। ਕਿਸੇ ਚੰਦ ਤੇ? ਹਾਂ ਚੰਦ ਤੇ ਲਿਖਿਆ ਹੁੰਦਾ ਈਦ। ਹਾਂ ਅੱਛਾ ਜੀ ਸਾਨੂੰ ਨਹੀਂ ਪਤਾ। ਚੰਗਾ ਕੀਤਾ ਤੂੰ ਸਾਡੇ ਇਲਮ ਦੇ ਇਜ਼ਾਫਾ ਕੀਤਾ, ਸਾਨੂੰ ਨਹੀਂ ਪਤਾ। ਕੋਈ ਨਹੀਂ ਨਹੀਂ ਕਹਿਣਾ ਮੈਂ ਜਾਣਦੀ ਹਾਂ। ਅੱਛਾ ਫਿਰ ਸਹੀ ਹੈ, ਪ੍ਰੈਂਕ ਕਰਨਾ ਪਿਆ। ਇਹ ਤਾਂ ਹਿਸਾਬ ਲਓ ਮੈਂ ਫਿਰ ਵੀਡੀਓ ਅਪਲੋਡ ਕਰਨਾ ਹਾਂ ਅਤੇ ਮੇਰੇ ਨਾਲ ਜਿਹੜਾ ਨਾ ਬੈਠਾ ਹੋਏ ਸੀ ਅਤੇ ਗੱਲਾਂ ਲੱਗਾ ਸੀ ਕਰਨ ਦੇ ਇੱਥੇ ਹੀ ਸੌਂ ਗਿਆ। ਚਲੋ ਉੱਠੋ ਜਿਮੀ ਸਾਹਿਬ, ਉੱਠੋ ਥੱਲੇ ਚਲੋ, ਤੁਸੀਂ ਉੱਤੇ ਹੀ ਸੌਂ ਗਏ ਹੋ। ਉੱਠੋ ਘਰਾੜੇ ਕੌਣ ਮਾਰਦਾ ਸੀ ਪਿਆ? ਘਰਾੜੇ ਅੱਖਾਂ ਤੇਰੀਆਂ ਹੀ ਵੀ ਨਹੀਂ ਫੱਲੀਆਂ। ਚਲੋ ਉੱਠ ਥੱਲੇ ਚਲੀਏ। ਆਇਆ 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 ਕਿਹੜਾ ਸਹੀ ਰਹੇਗਾ ਕਿਹੜਾ? ਅਤੇ ਯਾਰ ਬੱਕਰਾ ਈਦ ਮੁਬਾਰਕ ਸਭ ਮੁਸਲਮਾਨ ਭੈਣ ਅਤੇ ਭਾਈਆਂ ਨੂੰ। ਅਜੇ ਹੁਣ ਜਿਹੜਾ ਨਾ ਮੈਂ ਸੁੱਤਾ ਉੱਠਿਆ, ਜਲਦੀ ਜਲਦੀ ਰੈਡੀ ਹੋ ਕੇ ਅਤੇ ਫਿਰ ਤੁਹਾਨੂੰ ਮਿਲਣਾ ਕਿਉਂਕਿ ਈਦ ਦੀ ਨਮਾਜ਼ ਦੇ ਟਾਈਮ ਦੇ ਵਿੱਚ ਪਿੱਛੇ 1.5 ਘੰਟਾ ਰਹਿ ਗਿਆ। ਅਤੇ ਯਾਰ ਫਾਈਨਲੀ ਈਦ ਦੀ ਨਮਾਜ਼ ਵਾਸਤੇ ਜਿਹੜਾ ਨਾ ਮੈਂ ਹੋ ਗਿਆ ਰੈਡੀ। ਠੀਕ ਹੈ ਇਹ ਮੇਰੀ ਈਦ ਦੀ ਡਰੈਸਿੰਗ ਯਾਨੀ ਮੇਰੀ ਨਵੀਂ ਜਿੱਤੀ
ਤੇ ਉੱਤੇ ਜਿਹੜਾ ਨਾ ਇਹ ਵਾਲਾ ਸੂਟ ਜਾਂ ਨਹੀਂ ਹੈ ਨਵਾਂ ਹੀ ਹੈ, ਪਾਇਆ ਦੋ ਤਿੰਨ ਵਾਰੀ ਹੈ ਬਸ, ਠੀਕ ਹੈ। ਤੁਹਾਨੂੰ ਪਤਾ ਸਲਵਾਰਾਂ ਕਮੀਜ਼ ਦਾ ਮੈਂ ਪਾਉਣਾ ਹੀ ਬਹੁਤ ਘੱਟ ਆਉਣਾ, ਬਾਕੀ ਨਿਊ ਸੂਟ ਨਾਲ ਨਿਊ ਜਿੱਟੀ ਅਤੇ ਈਦ ਦਾ ਅਤੇ ਬੱਕਰਾ ਈਦ ਦਾ ਅਤੇ ਜਿਹੜਾ ਨਾ ਇਸ ਟਾਈਮ ਮੈਂ ਰੈਡੀ ਹੋ ਗਿਆ। ਅਤੇ ਈਦ ਦੀ ਨਮਾਜ਼ ਦੇ ਵਿੱਚ ਜਿਹੜਾ ਨਾ ਤਕਰੀਬਨ 15 ਮਿੰਟ ਰਹਿ ਗਏ ਨੇ, ਠੀਕ ਹੈ। ਹੁਣ ਜਾ ਕੇ ਫੁੱਲ ਸ਼ੁੱਲ ਫੜੀਏ ਅਤੇ ਫਿਰ ਨਿਕਲੀਏ ਈਦ ਦੀ ਨਮਾਜ਼ ਪੜ੍ਹਨ ਵਾਸਤੇ। ਬਾਕੀ ਮੇਰੀ ਤਰਫੋਂ ਤਮਾਮ ਮੁਸਲਮਾਨਾਂ ਨੂੰ ਬਹੁਤ 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 ਬੱਕਰਾ ਈਦ ਮੁਬਾਰਕ। ਅਜੇ ਸਾਡੇ ਕੋਲ ਅਤੇ ਸਾਡਾ ਸਮੀਉਲਾ ਵੀ ਰੈਡੀ ਹੋ ਕੇ ਆ ਗਿਆ। ਅਜੇ ਸਮੀਉਲਾ ਨਵਾਂ ਸੂਟ ਪਾਏ ਭਰਾਉਣਾ ਨਵਾਂ? ਅੱਛਾ ਜੀ, ਆਹ ਫੁੱਲ ਫਲ ਲੈ। ਚੱਲ ਈਦ ਮੁਬਾਰਕ, ਖੈਰ ਮੁਬਾਰਕ ਆਖੀ ਦਾ, ਈਦ ਦੀ ਵੀ ਕੱਢੋ ਮੇਰੀ। ਮੈਂ ਛੋਟਾ ਵਾਂ ਕਿ ਚੱਲ ਹਾਂ, ਪਹਿਲੇ ਨਮਾਜ਼ ਪੜ੍ਹ ਆਈਏ ਬਾਅਦ ਚੋ ਇਹਨੇ ਜਾ ਓਏ ਡੈਡੀ ਨੂੰ ਅਤੇ ਚਾਚੂ ਨੂੰ ਅੰਦਰੋਂ ਕੱਢ, ਨਮਾਜ਼ ਦੇ ਵਿੱਚ 10 ਮਿੰਟ ਰਹਿ ਗਏ ਨੇ। ਸਲਾਮੁਅਲੈਕਮ, ਈਦ ਮੁਬਾਰਕ। ਅੱਛਾ ਜੀ, ਕੀ ਹੋਇਆ, ਹੈਰ ਤੇ ਹੈ? ਅੱਛਾ, ਅਰਬੀ ਚ। ਚਲੋ 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 ਚਲੀਏ। ਕੱਲ ਸਾਹਿਬ ਵੀ ਰੈਡੀ ਹੋ ਕੇ ਆ ਗਏ ਜੀ। ਓਏ ਤੈਨੂੰ ਬਹੁਤਾ ਭਾਰ ਲੱਗਦਾ ਪਿਆ ਫੁੱਲਾਂ ਦਾ, ਮੋਢੇ ਦੇ ਉੱਤੇ ਤੂੰ ਟੰਗੇ ਨੇ, ਹੈ ਬਹੁਤਾ ਭਾਰ ਹੀ। ਜੁੱਤੀ ਸਾਰੇ ਤੋਂ ਅੱਗੇ ਰੱਖ ਇੱਥੇ, ਨਹੀਂ ਨਹੀਂ ਇੱਥੇ ਰੱਖ, ਸਾਈਡ ਤੇ ਰੱਖ, ਉਹਦੇ ਨਾਲ ਗੰਦੀ ਕਰ ਸਕਦੀ, ਇੱਥੇ ਰੱਖਣੇ ਨੇ। ਹੁਣ ਜਿਹੜਾ ਨਾ ਸਾਰੇ ਜਣੇ ਕਬਰਸਤਾਨ ਜਾ ਰਹੇ ਨੇ। ਚਾਚਾ ਟੋਪੀ ਲਾਵੇ, ਕਿਉਂ ਗੱਡੀ ਕਰਨੀ, ਟੋਪੀ ਪਾ ਕੇ ਆਉਣੀ, ਗੱਡੀ ਸੋਹਣੀ ਲੱਗਦੀ।
ਆ ਗਈ ਆ ਵਾੜੀ ਇਹਦੀ, ਆਈਓ ਉਧਰ ਰੋਟੀ ਖੁੱਲ ਗਈ, ਰੋਟੀ ਖਾ ਲਓ। ਆ ਗੱਡੀ ਲਾਓ ਸਾਈਡ ਤੇ, ਇੱਕ ਮਿੰਟ ਉੜਾ ਉਹ ਤਸਵੀਰ ਖਿੱਚੀਏ, ਫੋਟੋ ਫੋਟੋ ਕੋਈ ਨਹੀਂ ਖਿੱਚੀ ਅੱਜ। ਅੱਜ ਮੈਂ ਗੱਡੀ ਗਰਮ, ਗੱਡੀ ਗਰਮ ਨਾ ਕਰੀ, ਤੋੜੀ ਨਾ ਯਾਰ। ਟਾਈਮ ਹੋ ਗਿਆ ਜੇ ਹੁਣ 8:30 ਦਾ, ਠੀਕ ਹੈ। ਨਮਾਜ਼ ਸ਼ਮਾਜ਼ ਪੜ੍ਹ ਕੇ ਅਤੇ ਸੁਬਹਾ ਦਾ ਜਿਹੜਾ ਨਾਸ਼ਤਾ ਵਗੈਰਾ ਕਰਕੇ ਅਤੇ ਅਸੀਂ ਹੋ ਗਿਆ ਵਿਹਲੇ। ਬਾਕੀ ਜਿਨ੍ਹਾਂ ਨੇ ਕੁਰਬਾਨੀਆਂ ਕਰਨੀਆਂ ਹਨ ਉਹ ਹੋ ਗਏ ਨੇ ਬਿਜ਼ੀ। ਹੁਣ ਮੈਂ ਵੀ ਇੱਕ ਜਗ੍ਹਾ ਜਾ ਰਿਹਾ ਵਾਂ, ਠੀਕ ਹੈ, ਉੱਥੇ ਕੁਰਬਾਨੀ ਹੁੰਦੀ ਵੀ ਤੁਹਾਨੂੰ ਜਾ ਕੇ ਦੱਸਣਾ ਮੈਂ ਕਿੱਥੇ ਜਾ ਰਿਹਾ। ਸਹੀ ਹੈ, ਅਤੇ ਹੁਣ ਜਿਹੜਾ ਟਾਈਮ ਦੇ ਨਾਲ ਨਿਕਲੀਏ ਬਸ, ਕਿਉਂਕਿ ਟਾਈਮ ਅੱਗੇ ਵਾਹਵਾ ਹੋ ਗਿਆ। ਅੱਗੇ ਇੱਥੇ ਮਜ਼ਦੂਰਾਂ ਦਾ ਰਸ਼ ਹੁੰਦਾ ਅਤੇ ਅੱਜ ਜਿਹੜਾ ਨਾ ਇੱਥੇ ਕਸਾਈਆਂ ਦਾ ਰਸ਼ ਪਿਆ, ਕਿਉਂਕਿ ਈਦ ਨਾ ਅਤੇ ਹਰ ਬੰਦੇ ਨੂੰ ਕਸਾਈ ਚਾਹੀਦਾ, ਅਤੇ ਅੱਜ ਜਿਹੜਾ ਨਾ ਇੱਥੇ ਕਸਾਈ ਦਸਤਿਆਬ ਨੇ, ਬੇਭਾ ਕਸਾਈ ਕੋਲੋਂ ਤੇ ਨੇ, ਜਿਹੜਾ ਮਰਜ਼ੀ ਆ ਕੇ ਮਜ਼ਦੂਰਾਂ ਜਿਹੜੇ ਮਰਜ਼ੀ ਕਸਾਈ ਨੂੰ ਲਾਈਏ। ਅਸਲਾਮ ਅਲੈਕਮ, ਈਦ ਮੁਬਾਰਕ ਜੀ।